ਹੈ ਜੀ ਵੀ ਬੰਦੇ ਤੋਂ ਜਲਦੀ ਪਕੜ ਹੋਣ, ਉਹ ਇੱਥੇ ਦੋਨੋਂ ਘੁੰਮਦੇ ਪਏ ਬੰਦੇ, ਉਹ ਇਕੱਠੇ ਘੁੰਮਦੇ ਪਏ ਕਾਫੀ ਜਣੇ ਨੇ, ਸਾਡੇ ਬੰਦੇ ਨੇ ਕਾਫੀ ਵਾਰ ਉਹਨਾਂ ਨੂੰ ਦੇਖਿਆ ਹੋਇਆ, ਉਹ ਕਦੀ ਆਪਣੇ ਇੱਧਰ ਘੰਟਾ ਘਰ ਕੋਲ ਆਪਾਂ ਉਹਨਾਂ ਨੂੰ ਦੇਖਦੇ, ਕਦੀ ਬੱਸ ਸਟੈਂਡ ਕੋਲ ਦੇਖਦੇ, ਉਹ ਇੱਦੀ ਆਲੇ ਦੁਆਲੇ ਘੁੰਮਦੇ ਹੋ। ਅਸੀਂ ਚਾਹੁੰਦੇ ਵੀ ਜਲਦੀ ਤੋਂ ਜਲਦੀ ਉਹਨੂੰ ਪਕੜ ਹੋਣ, ਉਹ ਸਾਡੇ ਭਰਾ ਨੂੰ ਇਨਸਾਫ ਮਿਲੇ ਭਾਅ ਜੀ। ਉਸ ਤੋਂ ਬਾਅਦ ਬਲਵੀਰ ਕਲੋਨੀ ਦਾ ਮੁੰਡਾ ਵਾ, ਉਹ ਛੋਟਾ ਰੇਖਾ ਦਾ ਮੁੰਡਾ ਵਾ, ਉਸ ਇਹਨਾਂ ਨੂੰ ਵਾਰ ਵਾਰ ਮੇਰੀ ਇਹਨਾਂ ਨੂੰ ਤੰਗ ਕਰਦਾ, ਵਾਰ ਵਾਰ ਲੰਘਦੇ ਵੜਦੇ ਟਾਂਚਾ ਕਰਦਾ ਇਹਨਾਂ ਨੂੰ। ਪੁਲਿਸ ਵਾਲਿਆਂ ਨੂੰ ਆਪਾਂ ਕਾਫੀ ਵਾਰ ਕਹਿ ਚੁੱਕੇ, ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਵੀ 2 ਮਹੀਨੇ ਹੋ ਗਏ, ਵੀ 1.5 ਮਹੀਨਾ ਹੋ ਗਿਆ ਪਿਆ ਗੱਲ ਨੂੰ, ਅੱਜ ਤੱਕ ਉਹ ਬੰਦੇ ਫੜੇ ਨਹੀਂ ਹੁੰਦੇ ਪਏ, ਬਸ ਇਹੀ ਕਹਿੰਦੇ ਫੜ ਲਵਾਂਗੇ 2 ਦਿਨ ਦਾ ਟਾਈਮ ਦਿਓ, 3 ਦਿਨ ਦਾ ਟਾਈਮ ਦਿਓ, 1.5 ਮਹੀਨਾ ਹੋ ਗਿਆ ਪਿਆ, ਸਾਨੂੰ ਇਨਸਾਫ ਹੀ ਨਹੀਂ ਮਿਲਦਾ ਪਿਆ ਸਾਨੂੰ। ਕਿੰਨੇ ਮੁੰਡੇ ਹਾਂ? 2 ਜਣੇ ਰਹਿ ਗਏ ਹੋਏ, 6 ਜਣੇ ਸੀ, 4 ਫੜ ਹੋ ਗਏ ਪਏ, 2 ਮੁੰਡੇ ਰਹਿ ਗਏ ਹੋਏ, 1.5 ਮਹੀਨਾ ਹੋ ਗਿਆ ਅੱਜ। ਮਿਲੇ ਹੋਏ ਆਪਾਂ ਨੂੰ, ਬਸ ਇਨਸਾਫ ਸਾਨੂੰ ਚਾਹੀਦਾ, ਸਾਨੂੰ ਬਸ ਇਹੀ ਕਹਿੰਦੇ ਵੀ 2 ਦਿਨ ਰੁਕ ਜਾਓ, ਫੜ ਹੋ ਜਾਣਾ, ਬਸ ਇਹੀ ਸਾਨੂੰ ਗੱਲ ਕਹਿੰਦੇ, ਉਸ ਤੋਂ ਬਾਅਦ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੁੰਦੀ। ਫਿਰ ਅਸੀਂ ਹੁਣ ਆਪਣੇ ਉਹਦੇ ਬਾਰੇ ਵੀ ਫਿਰ ਆਪਣੇ ਗੱਲ ਕਰਾਂਗੇ ਸਾਰਿਆਂ ਦੇ ਨਾਲ, ਫਿਰ ਆਪਾਂ ਅੱਜ ਛੋਟਾ ਕੀਤਾ, ਕੱਲ੍ਹ ਵੀ ਵੱਡਾ ਆਪਾਂ ਕਰਾਂਗੇ, ਇਕੱਠ ਕਰਾਂਗੇ ਵੱਡਾ ਫਿਰ। ਮੈਂ ਇਹੀ ਕਹਿਣਾ ਚਾਹੁੰਦਾ ਹਾਂ, ਕਿਹੜੇ ਕਾਤਲ ਹੈਗੇ ਆ, 4 ਮੁੰਡੇ ਤਾਂ ਇਹਨਾਂ ਨੂੰ ਫੜ ਲਏ ਆ, ਪ੍ਰਸ਼ਾਸਨ ਨੂੰ ਇੰਨਾ ਵੀ ਚਾਹੀਦਾ, ਛੋਟੇ ਛੋਟੇ ਉਹਦਾ ਬੱਚਾ ਆ, ਉਹਨਾਂ ਦੇ ਪਿੱਛੇ ਕੋਈ ਹੈ ਨਹੀਂ ਹੈਗਾ, ਉਹਨਾਂ ਦੇ ਕੱਲ੍ਹ ਨੂੰ ਕੋਈ ਵਾਰਦਾਤ ਹੋਊਗੀ, ਸਰਕਾਰ ਜਿਹੜੀ ਪੰਜਾਬ ਪੁਲਿਸ ਉਦੋਂ ਦੇਖੂਗੇ ਆਣ ਕੇ, ਕਦੋਂ ਉਹਨਾਂ ਦੇ ਘਰ ਦਾ ਹੋਰ ਜੀ ਮਾਰ ਜਾਊਗੇ। ਮੈਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰੂੰਗਾ, ਛੇਤੀ ਤੋਂ ਛੇਤੀ ਕਾਰਵਾਈ ਕੀਤੀ ਜਾਵੇ, ਉਸ ਤੋਂ ਬਾਅਦ ਅਗਲਾ ਸਟੈਪ ਅਸੀਂ ਆਪ ਦੇਖਾਂਗੇ। ਉਦੋਂ ਦਾ ਕੋਈ ਵੀ ਮੁਲਾਜ਼ਮ ਕੋਈ ਵੀ ਮਿਲਣ ਨੇ ਘਰ ਗਿਆ, ਉਲਟਾ ਉਹ ਧਮਕੀਆਂ ਦਿੰਦੇ, ਉਹਨਾਂ ਦਾ ਛੋਟਾ ਮੁੰਡਾ ਵੀ ਧਮਕੀਆਂ ਦੇ ਰਿਹਾ, ਘਰ ਕੋਈ ਕੱਲ੍ਹ ਨੂੰ ਵਾਰਦਾਤ ਹੋ ਜਾਵੇ, ਪੰਜਾਬ ਪੁਲਿਸ ਜਾਣੀ ਕਿ ਪ੍ਰਸ਼ਾਸਨ ਉਦੋਂ ਜਾ ਕੇ ਦੇਖੂਗਾ ਜਾ ਕੇ। ਆ 1.5 ਮਹੀਨਾ ਕੀ ਹੋ ਹੀ ਗਿਆ ਇਸ ਗੱਲ ਨੂੰ, ਕੋਈ ਵੀ ਉਹਨਾਂ ਦੇ ਘਰ ਹੱਥ ਲਾ ਕੇ ਕੋਈ ਪੁੱਛਣ ਨਹੀਂ ਗਿਆ ਕੀ ਹੋਇਆ ਕਿੱਦਾਂ ਤੁਸੀਂ ਰਹਿ ਰਹੇ ਆ। ਲੇਕਿਨ ਪਤਾ ਗੱਲ ਕੀ, ਅਸੀਂ ਇਹ ਚਾਹੁੰਦੇ ਹਾਂ ਇਨਸਾਫ, ਬੱਚਿਆਂ ਨੂੰ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ, ਮਾਂ ਵੀ ਇਕੱਲੀ ਹੋ ਗਈ, ਉਹ ਜਨਾਨੀ ਵੀ ਇਕੱਲੀ ਹੋ ਗਈ, ਛੋਟਾ ਜਿਹਾ ਬੱਚਾ ਆ, ਉਹਦੀ ਪਰਵਰਿਸ਼ ਕੌਣ ਕਰੂਗੀ, ਪ੍ਰਸ਼ਾਸਨ ਕਰੂਗਾ, ਪ੍ਰਸ਼ਾਸਨ ਨੂੰ ਇੰਨਾ ਵੀ ਚਾਹੀਦਾ ਆ। ਲੇਕਿਨ ਘਰ ਦੇ ਜਾਂਦੇ ਆ, ਇਹਨਾਂ ਨੂੰ ਗੋਲੀ ਦੇ ਕੇ ਤੋੜ ਦਿੰਦੇ ਆ, ਕਮ ਸੇ ਕਮ ਪ੍ਰਸ਼ਾਸਨ ਨੂੰ ਇਹਨਾਂ ਦਾ, ਮੈਂ SSP ਸਾਹਿਬ ਨੂੰ ਅਪੀਲ ਆਪਣੇ ਵੱਲੋਂ ਵੀ ਕਰਨਾ ਚਾਹੁੰਦਾ ਆ, ਇੱਥੇ ਕਾਰਵਾਈ ਕੀਤੀ ਜਾਵੇ, ਉਹ ਬੰਦਿਆਂ ਨੂੰ ਕਿਹੜੇ ਰਹਿੰਦੇ ਆ ਉਹਨਾਂ ਨੂੰ ਅਰੈਸਟ ਕੀਤਾ ਜਾਵੇ। ਅਸੀਂ ਵੀ ਇਹੀ ਮੰਗ ਕਰਦੇ ਹਾਂ ਵੀ ਹਾਂ ਜਿਹੜੇ ਦੋਸ਼ੀ ਹੈਗੇ ਆ ਉਹ ਪਕੜੇ ਜਾਣ। ਹਾਂਜੀ, ਜੇ ਬਾਕੀ ਜਿਹੜਾ ਰੇਖਾ ਦਾ ਮੁੰਡਾ ਹੈ ਉਹ ਵੀ ਵਾਰ ਵਾਰ ਟਾਂਚਾ ਕਰਦਾ ਵਾ। ਹਾਂਜੀ, ਅਤੇ ਉਹਦੀ ਮਾਂ ਹੈ ਦੇਖੋ, ਮੇਰੀ ਗੁੜੀਆ ਨੂੰ ਬੁਲਾਉਂਦੀ, ਮਤਲਬ ਤਾਂ ਨਹੀਂ ਹੈਗਾ ਉਹਦਾ ਬੁਲਾਉਣ ਦਾ, ਕਿਉਂ ਬੁਲਾਉਂਦੀ ਹੈ, ਕਿਸ ਮਕਸਦ ਤੋਂ ਬੁਲਾਉਂਦੀ ਆ ਉਹ, ਕੱਲ੍ਹ ਜੇ ਮੇਰੀ ਗੁੜੀਆ ਨੂੰ ਕੁਛ ਹੁੰਦਾ ਵਾ ਉਹ ਜ਼ਿੰਮੇਵਾਰ ਜੀ, ਕਿਤੇ ਵੀ ਅਸੀਂ ਕੱਲ੍ਹ ਇਕੱਲੇ ਜਾਂਦੇ ਹਾਂ ਸਾਨੂੰ ਖਤਰਾ ਵਾ ਉਹਨਾਂ ਤੋਂ ਵੀ, ਹਾਂ ਵੀ ਅਸੀਂ ਨਹੀਂ ਜਾ ਸਕਦੇ ਇੱਦਾਂ। ਅਸੀਂ ਵੀ ਇਹੀ ਕਹਿ ਰਹੇ ਹੈਗੇ, ਜਿੱਦਾਂ ਵਾਰ ਵਾਰ ਜਾਂਦੇ ਧਮਕੀ ਲਾਉਂਦੇ, ਸਾਨੂੰ ਹੈਗਾ ਡਰ। ਕੱਲ੍ਹ ਕੁੜੀ ਗੁੜੀਆ ਗਈ, ਉਹਦੀ ਮਾਂ ਬੋਲਦੀ ਕਹਿੰਦੀ ਬੱਚੇ ਮੇਰੇ ਕੋਲ ਆ ਜਾ, ਕੁੜੀ ਨੇ ਕਿਹਾ ਮੇਰੇ ਪਾਪਾ ਨੇ ਹੈਰੀ ਨੂੰ ਮਾਰਿਆ, ਮੈਂ ਨਹੀਂ ਆਉਣਾ ਤੁਹਾਡੇ ਕੋਲ, ਕਹਿੰਦੀ ਉਹ ਵੀ ਇੱਦਾਂ ਬੋਲਣ ਲੱਗ ਪਈ, ਕਹਿੰਦੀ ਮੈਂ ਨਹੀਂ ਜਾਣਾ, ਮੇਰੇ ਡੈਡੀ ਨੂੰ ਮੇਰੇ ਪਤੀ ਅਤੇ ਮੁੰਡੇ ਨੇ ਮਾਰਿਆ, ਮੈਂ ਨਹੀਂ ਜਾਣਾ, ਅਤੇ ਕਾਰਵਾਈ ਕੀਤੀ ਜਾਵੇ ਇਹਨਾਂ 'ਤੇ। ਜਾਂਦੇ ਵਾਰ ਵਾਰ ਸਾਡੀ ਸੁਣਾਈ ਨਹੀਂ ਹੁੰਦੀ ਹੈਗੀ, ਸਾਡੀ ਕੁਛ ਨਹੀਂ ਸੁਣਾਈ ਹੁੰਦੀ, ਪੁਲਿਸ ਸਟੇਸ਼ਨ ਸਵਾ ਮਹੀਨਾ ਹੋ ਗਿਆ, ਇਹੀ ਕਹਿੰਦੇ ਹਾਂਜੀ ਜੀ SHO ਦੀ ਬਦਲੀ ਹੋ ਗਈ ਆ, ਅੱਗੇ ਤੁਹਾਡੀ ਕਾਰਵਾਈ ਹੋਊਗੀ, ਇੱਦਾਂ ਹੋਊਗਾ, ਫਲਾਨਾ ਹੋਊਗਾ, ਅਸੀਂ ਕਾਰਵਾਈ ਕਰਦੇ ਪਏ ਹਾਂ, ਅਤੇ 1.5 ਮਹੀਨੇ ਤੋਂ ਉੱਪਰ ਟਾਈਮ ਹੋ ਗਿਆ ਜੀ, ਕਾਰਵਾਈ ਕਰਨ ਨੂੰ ਟਾਈਮ ਕਾਹਤੋਂ ਲੱਗਦਾ ਪਿਆ? ਅਸੀਂ ਸਮਾਂ ਉਹਨਾਂ ਨੂੰ ਕਹਿੰਦੇ ਪਏ ਵੀ ਉਹਨਾਂ ਦੀ ਇੰਸਟਾਗ੍ਰਾਮ ਦੀ ਆਈਡੀਆਂ ਔਨ ਹੁੰਦੀਆਂ ਪਈਆਂ, ਤੁਸੀਂ ਕਾਰਵਾਈ ਕਰੋ, ਉਹ ਤੋਂ ਸਾਨੂੰ ਕਹਿੰਦੇ ਪਏ ਆ ਹਾਂਜੀ ਜੀ ਤੁਸੀਂ ਸਾਨੂੰ ਦੱਸੋ, ਅਸੀਂ ਜਾਵਾਂਗੇ, ਫਿਰ ਤੁਹਾਨੂੰ ਦੱਸਣ ਦਾ ਫਾਇਦਾ ਕੀ ਆ? ਜਾਂ ਫਿਰ ਸਾਨੂੰ ਖੁੱਲ੍ਹੀ ਛੂਟ ਦੇ ਦਿਓ, ਤੁਹਾਡੇ ਕੋਲ ਜੋ ਹੁੰਦਾ ਕਰ ਲਓ, ਅਸੀਂ ਫਿਰ ਕਰ ਲੈਂਦੇ ਹਾਂ, ਤੁਸੀਂ ਫਿਰ ਵਿੱਚ ਨਾ ਆਓ, ਜੇ ਤੁਸੀਂ ਕਹਿੰਦੇ ਆ ਵੀ ਹਾਂ
ਵੀ ਤੁਸੀਂ ਸਾਨੂੰ ਲੱਭ ਕੇ ਦਿਓ ਕਿੱਥੇ ਬੈਠੇ ਆ, ਇਹ ਤੁਹਾਡਾ ਕੰਮ ਆ, ਸਾਡਾ ਥੋੜਾ ਕੰਮ ਆ। ਅਸੀਂ ਸਿਰਫ ਤੁਹਾਨੂੰ ਕਹਿ ਸਕਦੇ ਹਾਂ ਵੀ ਉਹਨਾਂ ਦੀ ਇੰਸਟਾਗ੍ਰਾਮ ਆਈਡੀ ਔਨ ਹੁੰਦੀਆਂ ਪਈਆਂ, ਜਾਂ ਉਹ ਇੱਥੇ ਬੈਠੇ ਜਾਂ ਉੱਥੇ ਬੈਠੇ ਆ, ਇਹ ਸਿਰਫ ਕੰਮ ਤੁਹਾਡਾ ਚੱਕਣ ਦਾ। ਉਹਨਾਂ ਨੂੰ ਸਾਨੂੰ ਕਹਿੰਦੇ ਪਏ ਤੁਸੀਂ ਲੱਭੋ ਜਾਂ ਫਿਰ ਸਾਨੂੰ ਖੁੱਲ੍ਹ ਦੇ ਦਿਓ ਵੀ ਤੁਸੀਂ ਜੋ ਕਰਨਾ ਕਰ ਲਓ, ਅਸੀਂ ਜਾਣੀਏ ਫਿਰ ਸਾਡਾ ਕੰਮ ਜਾਣੇ, ਅਸੀਂ ਜੋ ਕਰਨਾ ਕਰ ਲਈਏ। An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur.